ਸੋ ਜਨਾਬ ਗਲਾਸਗੋਚ ਦੇ ਦੂਸਰਾ ਦਿਨ ਸੀ ਤੇ ਸਾਨੂੰ ਸਮਝ ਨਹੀਂ ਆਂਦੀ ਪਈ ਸੀ ਕਿ ਅਸੀਂ ਕਿ ਕਿਧਰ ਜਾਣਾ ਹੈ ਮੈਂ ਕੁਝ ਵੀ ਸਰਚ ਨਹੀਂ ਕੀਤਾ ਸੀ ਤੇ ਅਸੀਂ ਜਦੋਂ ਡਰਾਈਵ ਤੇ ਬਾਹਰ ਨਿਕਲੇ ਤੇ ਸਾਨੂੰ ਇੱਕ ਸਾਈਡ ਸੀਨ ਬੱਸ ਨਜ਼ਰ ਆਈ ਤਾਂ ਅਸੀਂ ਕਿਹਾ ਕਿ ਅਸੀਂ ਸਾਈਡ ਸੀਨ ਬੱਸ ਦੇ ਪਿੱਛੇ ਲੱਗ ਗਏ ਅਸੀਂ ਸਾਈਡ ਸੀਨ ਬੱਸ ਦੇ ਪਿੱਛੇ ਲੱਗ ਗਏ ਤੇ ਉਹ ਐਸ ਮਿਊਜ਼ੀਅਮ ਦੇ ਸਾਹਮਣੇ ਰੁਕੀ ਅਸੀਂ ਵੀ ਰੁਕ ਗਏ ਅਸੀਂ ਪਾਰਕਿੰਗ ਦੇ ਪੈਸੇ ਦਿੱਤੇ एस म्यूजियम से एंट्री फ्री सी यदा नाम है रिवर रिवरसाइड म्यूजीयम जो तीस किस, किसी हैरान हैरानकुन जगह तो नहीं चले जाते योजा है म्यूजियम बड़ा खूबसूरत सी उन्होंने सारी हिस्टरी जो है महफूज की हुई सी कि इंसान ने किए जराए आमदेश तरक्की यानी कारा बनाई टांगे बनाए और उस तो पहले की सी बड़ा बेहतरीन जो था ਇੰਤਜ਼ਾਮ ਹੈਗਾ ਸੀ ਉੱਥੇ ਬੜੀ ਬਿਹਤਰੀਨ ਸਜਾਵਟ ਸੀ ਤੇ ਸਾਰੇ ਤਾਰੀਖੀ ਮਾਡਲ ਉਹਨਾਂ ਨੇ ਜਮਾ ਕੀਤੇ ਹੋਏ ਸੀ ਮੇਰੀ ਆਵਾਜ਼ ਵੀ ਖਰਾਬ ਹੋ ਗਈ ਹੈ ਕਿਉਂਕਿ ਸਪਟੰਬਰ ਸਟਾਰਟ ਹੋ ਗਿਆ ਹੈ ਤੇ ਸਰਦੀ ਬੜੀ ਹੈਗੀ ਹੈ ਤੇ ਜਿਵੇਂ ਹੀ ਸਰਦੀ ਸਟਾਰਟ ਹੁੰਦੀ ਹੈ ਬੱਚੇ ਸਕੂਲਾਂ ਚ ਜਾਂਦੇ ਨੇ ਸਪਟੰਬਰ ਚ ਤੇ ਸਾਰੇ ਜਰਮ ਲੈ ਕੇ ਘਰ ਆ ਜਾਂਦੇ ਨੇ ਤੇ ਮੇਰਾ ਛੋਟਾ ਬੇਟਾ ਵੀ ਬਿਮਾਰ ਹੋਇਆ ਹੋਇਆ ਹੈ ਤੇ ਮੇਰਾ ਗਲਾ ਵੀ ਪਕੜਿਆ ਗਿਆ ਹੈ ਤੇ ਪੁਰਾਣੇ ਜ਼ਮਾਨੇ 'ਚ ਮੇਰੇ ਅੱਬਾ ਦੱਸਦੇ ਨੇ ਮੈਨੂੰ ਕਿ ਕ੍ਰਾਚੀ 'ਚ ਟਰામ ਚਲਦੀ ਹੁੰਦੀ ਸੀ 1970 'ਚ ਤੇ ਜਦੋਂ ਗਵਰਨਮੈਂਟ ਨੇ ਵੱਡੀਆਂ ਬਸਾਂ ਚਲਾਈਆਂ ਤੇ ਤੁਹਾਨੂੰ ਪਤਾ ਹੈ ਸਾਡੇ ਸਾਡੇ ਪੋਲੀਟਿਸ਼ੀਅਨਸ ਕਿੰਨੇ ਕੀ ਕਰਪਟ ਹੈਗੇ ਨੇ ਉਹਨਾਂ ਨੇ ਟਰામਸ ਬੰਨ ਕਰਾ ਦਿੱਤੀਆਂ ਤੇ ਫਿਰ ਜਦੋਂ ਪ੍ਰਾਈਵੇਟ ਬਸਾਂ ਚਲੀਆਂ ਕ੍ਰਾਚੀ 'ਚ ਤੇ ਉਹਨਾਂ ਨੇ ਵੱਡੀਆਂ ਬਸਾਂ ਵੀ ਬੰਨ ਕਰਾ ਦਿੱਤੀਆਂ ਤੇ ਹੁਣ ਤੁਸੀਂ ਕਦੀ ਜਾਵੋ ਕਰਾਚੀ ਦੇ ਇਤਰਾਫ ਚ ਤੇ ਯਾ ਪੁਰਾਣੇ ਇਲਾਕਿਆਂ ਵਿੱਚ ਇੱਥੇ ਤੁਹਾਨੂੰ ਪੁਰਾਣੀਆਂ ਬਸਾਂ ਦੇ ਟਾਂਚੇ ਨਜ਼ਰ ਆਉਣਗੇ ਤੇ ਐਸ ਮਿਊਜ਼ੀਅਮ ਚ ਹਰ ਚੀਜ਼ ਦੇ ਨਾਲ ਯਾਨੀ ਇੱਕ ਗੱਡੀ ਹੈ ਜਾਂ ਇੱਕ ਕਾਟ ਹੈ ਉਹਦਾ ਪੂਰੀ ਐਕਸਪਲੇਨੇਸ਼ਨ ਵੀ ਸੀ ਜੋ ਕਿ ਬੜੀ ਅੱਛੀ ਗੱਲ ਹੈ ਬੱਚਿਆਂ ਨੂੰ ਬੜੀ ਮਾਲੂਮਾਤ ਮਿਲਦੀ ਹੈ ਮੇਰੇ ਖਿਆਲ ਚ ਪਾਕਿਸਤਾਨ ਚ ਅਜਿਹੇ ਮਿਊਜ਼ੀਅਮ ਹੋਣੇ ਚਾਹੀਦੇ ਨੇ ਜਿਨ੍ਹਾਂ ਤੋਂ ਲੋਕ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਬੜੀ ਮਾਲੂਮਾਤ ਮਿਲੇ ਅੱਛਾ ਜੀ ਮਿਊਜ਼ੀਅਮ ਅਸੀਂ ਡਿਸਕਵਰ ਕਰਨੇ ਪਏ ਸਾਤੇ ਸਾਨੂੰ ਨਜ਼ਰ ਆਈ ਇਹ ਪਾਕਿਸਤਾਨੀ ਟਰੱਕ ਆਰਟ ਵਾਲੀ ਵੈਗਨ ਇੰਨੀ ਖੂਬਸੂਰਤੀ ਨਾਲ ਉਹਨਾਂ ਨੇ ਡਿਜ਼ਾਈਨ ਕੀਤੀ ਹੋਈ ਸੀ ਇਹਦੇ ਲਈ ਪਾਕਿਸਤਾਨ ਨੂੰ ਸਪੈਸ਼ਲ ਇੱਕ ਬੰਦਾ ਗਿਆ ਲਾਈਕ ਬੰਦੀ ਗਈ ਬਟ ਮੇਰੇ ਖਿਆਲ ਚ ਜਿਹੜੇ ਪੇਂਟਰ ਹੁੰਦੇ ਨੇ ਨਾ ਜਿਹੜੇ ਟਰੱਕਾਂ ਨੂੰ ਪੇਂਟ ਕਰਦੇ ਨੇ ਉਹਨਾਂ ਨੂੰ ਜਾਣਾ ਚਾਹੀਦਾ ਸੀ ਅੱਛਾ ਜੀ ਇਸ ਵੈਗਨ ਤੇ ਨਾ ਉਹਨਾਂ ਨੇ ਲਿਖਿਆ ਹੋਇਆ ਸੀ ਮੱਕਾ ਮਦੀਨਾ ਦਾ ਸਟicker ਲਗਾਇਆ ਹੋਇਆ ਸੀ ਯਾਦ ਵਤਨ ਸ਼ੇਅਰ ਵੀ ਲਿਖਿਆ ਹੋਇਆ ਸੀ ਤੇ ਇਸ ਇਸ ਵਾਰ ਨੂੰ ਦੇਖਣਾ ਬੜੀ ਪਾਕਿਸਤਾਨ ਵਾਲੀ ਜਿਹਾ ਜਿਹੜੀ ਵਾਈ ਬਾਂਦੀ ਪਈ ਸੀ ਕਿਉਂਕਿ ਅਸੀਂ ਜਿੱਥੇ ਰਹਿੰਦੇ ਸਾਂ ਸਾਡੇ ਕਾਰ ਦੇ ਕੋਲ ਟਰੱਕ ਅਡਾ ਸੀ ਤੇ ਸਾਰੇ ਟਰੱਕਾਂ ਉੱਤੇ ਇਹੋ ਜਿਹੇ ਪੇਂਟ ਹੋਏ ਹੁੰਦੇ ਸੀ ਜਦੋਂ ਵੀ ਟ੍ਰੈਫਿਕ ਜਾਮ ਹੋਣਾ ਜਾਂ ਟਰੱਕਾਂ ਨੇ ਅੱਗੇ ਖਲੋਤੇ ਹੋਣਾ ਗੱਡੀ ਦੇ ਤੇ ਅਸੀਂ ਸਾਰੇ ਸ਼ੇਅਰ ਪੜਨੇ ਤੇ ਬਾਕੀ ਟਰੱਕ ਆਰਟ ਤੇ ਵਾਕਈ ਬੜੇ ਵਧੀਆ ਵਧੀਆ ਸ਼ੇਅਰ ਹੁੰਦੇ ਨੇ ਬੜੇ ਬਾਜ਼ ਦਫਾ ਬੜੇ ਡੀਪ ਮੀਨਿੰਗ ਵਾਲੇ ਸ਼ੇਅਰ ਹੁੰਦੇ ਨੇ ਅੱਛਾ ਜੀ ਐ ਟ੍ਰੱਕ 8 ਚਾਰ ਔਰ ਤਾਂ ਨੇ ਮਿਲ ਕੇ ਬਣਾਇਆ ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਸੀ ਇੱਥੇ ਤੇ ਇਹਨਾਂ ਨੇ ਸਕੇਟਬੋਰਡ ਵੀ ਡਿਜ਼ਾਈਨ ਕੀਤੇ ਨੇ ਤੇ ਇਹ ਟਾਂਗਾ ਜਿਹੜਾ ਹੈ ਇਹ ਬੱਸ ਹੁੰਦੀ ਸੀ ਯਾਨੀ ਬੱਸ ਟਾਂਗਾ ਹੁੰਦਾ ਸੀ ਇੱਥੇ ਇਹਦੇ ਉੱਤੇ ਸਵਾਰੀਆਂ ਬੈਠੀਆਂ ਹੁੰਦੀਆਂ ਸੀ ਤੇ ਇਹ ਪੂਰੇ ਸ਼ਹਿਰ ਫਿਰਦਾ ਹੁੰਦਾ ਸੀ ਕਦੀ ਕਦੀ ਇਹ ਜਾਇਬ ਖਾਨ ਘਰ ਨੂੰ ਦੇਖਦੇ ਹੋਏ ਖਿਆਲ ਆਂਦਾ ਹੈ ਅਸੀਂ ਵੀ ਕਿਸੇ ਟਾਈਮ ਅਜਾਇਬ ਘਰ ਦਾ ਹਿੱਸਾ ਬਨ ਜਾਵਾਂਗੇ ਮਾਜ਼ੀ ਦਾ ਹਿੱਸਾ ਬਨ ਜਾਵਾਂਗੇ ਅਸੀਂ ਰਾਈਟ ਨਾਉ ਅਸੀਂ ਪ੍ਰੈਜ਼ੈਂਟ 'ਚ ਹੈਗੇ ਆਂ ਅੱਜ ਦੇ ਸਮਾਨ 'ਚ ਹੈਗੇ ਆਂ ਬਟ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਜਾਂਦਾ ਪਿਆ ਅਸੀਂ ਵੀ ਮਾਜ਼ੀ ਬੰਦੇ ਜਾਂਦੇ ਪਏ ਆਂ ਤੇ ਜਨਾਬ ਇੱਥੇ ਆ ਗਿਆ ਇੱਕ ਔਰ ਟਾਂਗਾ ਪੁਰਾਣੇ ਸਮਾਨੇ ਚੀਜ਼ ਦੇ ਇਹਦੇ ਇਹਨਾਂ ਦੇ ਨੌਕਰ ਹੁੰਦੇ ਸਨ ਜਾਂ ਕੋਚਵਾਨ ਹੁੰਦੇ ਸਨ ਉਹ ਪਿੱਛੇ ਖੜੇ ਹੁੰਦੇ ਸਨ ਜਿਹੜੇ ਅਮੀਰ ਲੋਕ ਹੁੰਦੇ ਸਨ ਉਨਾਂ ਦੀ ਤੇ ਇਹ ਬੱਗੀ ਜੈ ਇਹ ਵੀ ਟੈਕਸੀ ਬੱਗੀ ਹੈ ਪੁਰਾਣੇ ਜ਼ਮਾਨੇ ਦੀ ਤੁਸੀਂ ਦੇਖਦੇ ਹੋ ਮਸ਼ਲ ਇੱਥੇ ਹੁੰਦੀ ਸੀ ਬਿਕੋਜ਼ ਲਾਈਟ ਨਹੀਂ ਹੁੰਦੀ ਸੀ ਨਾ ਗੱਡੀਆਂ 'ਚ ਤੇ ਮਸ਼ਲ ਕਿਵੇਂ ਲੈ ਕੇ ਜਾਂਦੇ ਸਨ ਟਾਂਗੇ ਤੇ ਉਹ ਤੇ ਇਹ ਪੂਰੀ ਇੱਕ ਸ਼ਿਪ ਸੀ ਤੇ سامنے ਇੱਕ ਪੂਰੀ ਸ਼ਿਪ ਹੁੰਦੀ ਵਾਲ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਗੋਰੀਆ ਨੇ ਸ਼ਿਪ ਇੰਡਸਟਰੀ 'ਚ ਬੜਾ ਕੰਮ ਕੀਤਾ ਹੈ ਤੇ ਸਟਾਰਟਿੰਗ 1800 ਤੋਂ ਲੈ ਕੇ ਜਿਹੜੀਆਂ-ਜਿਹੜੀਆਂ ਵੀ ਸ਼ਿਪਾਂ ਇਹਨਾਂ ਨੇ ਬਣਾਈਆਂ ਉਹ ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਸੀ ਇੱਕ ਵਾਲ ਤੇ ਇਹ ਜੈਰੀ ਸ਼ਿਪ ਸੀ ਇਹ ਸਕਾਟਲੈਂਡ ਚ ਗਈ ਥੀ ਐ ਨਾਮ ਸੀ ਅਥੇਨੀਆ ਤੇ ਇਹ ਸ਼ਿਪ ਜੰਗੀ ਅਜ਼ੀਮ ਚ ਤਬਾਹ ਕਰ ਦਿੱਤੀ ਥੀ ਜਰਮਨ ਆਬਦੋਜ਼ ਨੇ ਮੇਰਾ ਗਲਾ ਵੀ ਖਰਾਬ ਹੋਇਆ ਹੈ ਤੇ ਮੈਂ ਵੀਡੀਓ ਵੀ ਬਣਾਨੀਆਂ ਨੇ ਸਕੂਨ ਨਹੀਂ ਨਾ ਸਾਨੂੰ ਇਹ ਤੇ ਇਹਦੇ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਸੀ ਕਿਵੇਂ ਇਨਸਾਨੀ ਜ਼ਹਿਨ ਨੇ ਤਰੱਕੀ ਕੀਤੀ ਤੇ ਗਾੜੀਆਂ ਆ ਗਈਆਂ ਰੋਡਾਂ ਤੇ ਹੁਣ ਗਾੜੀਆਂ ਕਿੰਨੀ ਕਾਮਨ ਲੱਗਦੀਆਂ ਨੇ ਬਦ ਇਕ ਸਮਾਂ ਸੀ ਗਾੜੀ ਕਿਸੇ ਕਿਸੇ ਕੋਲ ਹੁੰਦੀ ਸੀ ਤੇ ਹੈਰੀ ਵਾਲ ਜਿਹਦਾ ਮੈਂ ਜ਼ਿਕਰ ਕਰਨੀ ਪਈ ਸੀ ਜਿੱਥੇ ਸਾਰੀਆਂ ਸ਼ਿਪਾਂਜ ਨੇ ਡਿਸਪਲੇ ਕੀਤੀਆਂ ਅੱਛਾ ਇਹ ਸ਼ਿਪਾਂ ਐਨੀਆ ਕਿ ਖੂਬਸੂਰਤ ਹੈਗੇ ਹਨ ਤੁਹਾਨੂੰ ਯਕੀਨ ਨਹੀਂ ਆਉਂਦਾ ਕਿ ਲਾਈਕ ਛੋਟੇ ਮਾਡਲਸ 'ਚ ਇਹਨਾਂ ਨੇ ਐਨੀ ਮਿਹਨਤ ਕੀਤੀ ਹੈ ਤੇ ਵੱਡੇ ਮਾਡਲਸ 'ਚ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਹੋएगी ਤੇ ਉਹ ਕਿੰਨੇ ਕਿ ਹਿਊਜ ਹੋਣਗੇ ਅਸੀਂ ਹੁਣ ਗਾੜੀ ਤੇ ਚਾਹੰਦੇ ਪਈਆਂ ਬਸਾ ਦੀ ਤਰਫ ਆ ਗਏ ਹੋ ਗਏ ਆ ਗਏ ਹੋ ਗਏ ਮੈਂ ਇਸ ਲਈ ਆਇਸਤਾ ਇਸਤਾ ਚੱਲਨੀ ਪਈ ਸੀ ਐਤੇ ਬੋਰਡ ਬੋਰਡ ਜਿਹੜੇ ਸੀ ਉਹਨਾਂ ਦੀਆਂ ਤਸਵੀਰਾਂ ਖਿੱਚ ਲਈ ਪਈ ਸੀ ਕਿ ਮੈਂ ਕਿਹਾ ਜਿਨ੍ਹਾਂ ਨੂੰ ਪੜਨਾ ਹੋਵੇਗਾ ਉਹ ਸਟਾਪ ਕਰਕੇ ਪੜ ਵੀ ਸਕਦੇ ਨੇ ਲਾਈਕ ਸਾਰੀ ਮਾਲੂਮਾਤ ਆ ਲੈ ਸਕਦੇ ਨੇ ਬੋਰਡ ਪੜਨ ਦੇ ਬਾਅਦ ਤੇ ਇਹ ਸਾਰੀਆਂ ਸ਼ਿਪਾਂ ਸੀ ਜੋ ਉਹਨਾਂ ਨੇ ਡਿਸਪਲੇ ਚ ਲਾਈਆਂ ਹੋਈਆਂ ਸੀ ਤੁਸੀਂ ਵੇਖ ਸਕਦੇ ਹੋ ਕਿੰਨਾ ਕਿ ਖੂਬਸੂਰਤ ਡਿਸਪਲੇ ਸੀ ਦੇਖੋ ਸਾਰੀਆਂ ਜਿਹੜੀਆਂ ਵੀ ਉਹਨਾਂ ਨੇ ਬਣਾਈਆਂ ਨੇ And I was thinking how huge were they at that time?